ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤ ਗੁਰ ਨਾਨਕ, ਜਿਨ ਕਾਲ ਰਾਖੇ ਮੇਰੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਮਰਤ ਛਾਟ ਵਿਖ ਵਿਖ ਖਾਏ, ਮਾਇਆ ਮੋਹ ਭਰਮ ਭੈ ਭੁੱਲ, ਸੁਤ ਦਾ ਰਾਸਿਓ ਪ੍ਰੀਤ ਲਗਾਏ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਰਾ ਮਲੰਤ ਜਮ ਤਰਾਸ ਮਿਟਾਏ, ਇੱਕ ਅਰਦਾਸ ਪਾਠ ਕੀਰਤ ਕੇ, ਗੁਰ ਰਾਮਦਾਸ ਰੱਖੋ ਸਰਨਾਏ, ਇੱਕ ਅਰਦਾਸ ਪਾਠ ਕੀਰਤ ਕੇ, ਗੁਰ ਰਾਮਦਾਸ ਰੱਖੋ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨਾਂ ਦੇ ਵਾਲੇ, ਸਮੁੱਚੀ ਮਨੁੱਖਤਾ ਦੇ ਰੈਬਰ ਸ਼ਬਦ ਗੁਰੂ, ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੇ ਗੁਰੂ ਸਵਾਰੀ, ਗੁਰੂ ਖਾਲਸਾ ਸਤਸੰਗਤ ਜੀ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ 530ਵਾਂ ਆਗਮ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸਾਧ ਸੰਗਤ ਬੜੀ ਸ਼ਰਧਾ ਭਾਵਨਾ ਦੇ ਮਨਾ ਰਹੀ ਹੈ, ਜਿਸ ਦੇ ਸੰਬੰਧ ਵਿੱਚ 2 ਸਤੰਬਰ ਤੋਂ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਤੇ ਸਮੂਹ ਪਰਿਵਾਰ ਆ ਕੇ ਵਿੱਚ ਸੇਵਾ ਪਾ ਕੇ, ਖੰਡ ਪਾਠਾਂ ਦੇ ਵਿੱਚ ਸੇਵਾ ਪਾ ਕੇ, ਕੋਈ ਤਨ ਦੇ ਨਾਲ ਸੇਵਾ ਕਰ ਰਿਹਾ, ਕੋਈ ਮਨ ਦੇ ਨਾਲ ਕਰ ਰਿਹਾ ਤੇ ਕੋਈ ਧਨ ਦੇ ਨਾਲ ਕਰ ਰਿਹਾ। ਤਾਂ ਹੀ ਸਭ ਨੇ ਗੁਰਬਾਣੀ ਅੰਦਰ ਬਖਸ਼ਿਸ਼ ਕੀਤਾ, ਸਤਿਗੁਰ ਕੀ ਸੇਵਾ ਸਫਲ, ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਏ, ਕਿ ਪਰਿਵਾਰ ਆ ਕੇ ਸੇਵਾ ਕਰਕੇ ਆਪਣਾ ਮਨੁੱਖ ਜੰਮਣ ਜਿਹੜਾ ਸਫਲ ਕਰ ਰਹੇ ਨੇ। ਇਸ ਦੇ ਵਿੱਚ ਹੀ ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਜਿਨ੍ਹਾਂ ਪਰਿਵਾਰਾਂ ਨੇ ਲਈ ਸੀ, ਉਹ ਪਰਿਵਾਰ ਹਨ ਬੀਬੀ ਜੋਗਿੰਦਰ ਕੌਰ ਜੀ,
ਜੋ ਧਰਮ ਸਵਤਨੀ ਹਨ ਸਵਰਗ ਵਾਸੀ ਸਤਿਕਾਰਯੋਗ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਰਹਿ ਕੇ, ਜਿੱਥੋਂ ਤੱਕ ਜਾਣਕਾਰੀ ਦੱਸ ਨੂੰ ਮਿਲੀ ਕਿ ਇਸ ਇਲਾਕੇ ਦੇ ਵਿੱਚ ਰਹਿ ਕੇ ਉਹਨਾਂ ਨੇ ਬਹੁਤ ਵਿਚਾਰ ਕੀਤਾ ਤੇ ਜਿੱਥੇ ਉਹ ਆਪ ਗੁਰੂ ਦੇ ਨਾਲ ਜੋੜੇ ਹਨ, ਉੱਥੇ ਉਹਨਾਂ ਇਸ ਇਲਾਕੇ ਦੀ ਸੰਗਤ ਨੂੰ ਵੀ ਗੁਰੂ ਦੇ ਨਾਲ ਜੋੜੀ ਰੱਖਿਆ ਤੇ ਉਹ ਬਹੁਤ ਚੰਗੀਆਂ ਰੂਹਾਂ ਨੇ ਜਿਹੜੀਆਂ ਆਪ ਗੁਰੂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਸੰਗਤਾਂ ਨੂੰ ਵੀ ਗੁਰੂ ਦੇ ਨਾਲ ਜੋੜਦੀਆਂ ਹੁੰਦੀਆਂ ਨੇ। ਇਸੇ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹੁੰਦੇ ਨੇ, ਉਹ ਮਨੁੱਖ ਉਹਨਾਂ ਨੂੰ ਬੜੇ ਸੋਹਣੇ ਲੱਗਦੇ ਨੇ ਜਿਹੜੇ ਆਪ ਗੁਰੂ ਦੇ ਨਾਲ ਜੁੜੇ ਨੇ ਤੇ ਦੂਜਿਆਂ ਨੂੰ ਗੁਰੂ ਦੇ ਨਾਲ ਜੋੜਦੇ ਨੇ। ਤਾਂ ਹੀ ਸਾਹਿਬ ਜੀ ਫਰਮਾਨ ਕਰਦੇ ਨੇ, ਨਾਨਕ ਮੰਗੇ ਧੂਰ ਦਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਕਿ ਨਾਨਕ ਦਾਸ ਉਹਨਾਂ ਮਨੁੱਖਾਂ ਜਨਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦਿਆ ਜਿਹੜੇ ਮਨੁੱਖ ਜਨ ਸਤ ਸੰਗਤ ਵਿੱਚ ਆ ਕੇ ਆਪ ਨਾਮ ਜਪਦੇ ਹਨ ਤੇ ਦੂਜਿਆਂ ਨੂੰ ਜਪਾਉਂਦੇ ਨੇ, ਉਹ ਬੜੀਆਂ ਪਿਆਰੀਆਂ ਰੂਹਾਂ ਹੁੰਦੀਆਂ ਨੇ ਜਿਹੜੀਆਂ ਆਪ ਗੁਰੂ ਦੇ ਨਾਲ ਜੁੜਦੀਆਂ ਨੇ ਤੇ ਸਮੂਹ ਸੰਗਤਾਂ ਨੂੰ ਵੀ ਗੁਰੂ ਦੇ ਨਾਲ ਜੋੜਦੀਆਂ ਨੇ। ਇਸ ਇਲਾਕੇ ਦੇ ਵਿੱਚ ਰਹਿ ਕੇ ਉਹਨਾਂ ਨੇ, ਜਿੱਥੋਂ ਤੱਕ ਦਾਸ ਨੂੰ ਜਾਣਕਾਰੀ ਮਿਲੀ ਆ ਕਿ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਰਹਿ ਕੇ ਆਪ ਵੀ ਬਹੁਤ ਗੁਰੂ ਦੇ ਨਾਲ ਜੁੜੇ ਹੋਏ ਸਨ ਤੇ ਸਮੂਹ ਸੰਗਤਾਂ ਨੂੰ, ਇਲਾਕੇ ਵਾਸੀਆਂ ਸੰਗਤਾਂ ਨੂੰ ਵੀ ਜਿਹੜਾ ਉਹਨਾਂ ਗੁਰੂ ਦੇ ਨਾਲ ਜੋੜਿਆ ਤੇ ਇੱਥੋਂ ਤੱਕ ਜਾਣਕਾਰੀ ਮਿਲੀ ਕਿ ਪਿੰਡਾਂ ਦੇ ਵਿੱਚ ਜਾ ਕੇ ਨਾਲ ਸੰਗਤਾਂ ਲਿਜਾਉਂਦੇ ਹੁੰਦੇ ਸਨ ਤੇ ਗੁਰੂ ਦੇ ਨਾਲ ਜੋੜਦੇ ਹੁੰਦੇ ਸਨ। ਕਿਉਂਕਿ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਰਹਿ ਕੇ ਜਿਸ ਤਰ੍ਹਾਂ ਦੇ ਕੰਮ ਕਰਦਾ ਦੁਨੀਆਂ ਦੇ ਲੋਕ ਉਸਨੂੰ ਯਾਦ ਕਰਦੇ ਨੇ, ਜੇ ਚੰਗੇ ਕੰਮ ਕਰਦਾ ਤੇ ਦੁਨੀਆਂ ਚੰਗੀ ਤਰ੍ਹਾਂ ਯਾਦ ਕਰਦੀ ਤੇ ਜੇ ਮੰਦੇ ਕੰਮ ਕਰਦਾ ਤੇ ਦੁਨੀਆਂ ਲੋਕ ਕਹਿੰਦੇ ਨੇ ਕਿ ਆਹ ਬੰਦਾ ਬਹੁਤ ਗੰਦਾ ਸੀ, ਤੇ ਜਿਹੜਾ ਭਲੇ ਕੰਮ ਕਰਦਾ ਦੁਨੀਆਂ ਰਹਿੰਦੀ ਦੁਨੀਆਂ ਤੱਕ ਉਸਨੂੰ ਯਾਦ ਕੀਤਾ ਜਾਂਦਾ। ਇੱਥੇ ਮੈਨੂੰ ਗੱਲ ਯਾਦ ਆ ਰਹੀ ਆ, ਇੱਕ ਰਾਜਾ ਬਹੁਤ ਧਰਮਾਤਮਾ ਸੀ, ਗੁਰੂ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਸੀ, ਗੁਰੂ ਦੇ ਵਿੱਚ ਸ਼ਰਧਾ ਰੱਖਣ ਵਾਲਾ ਸੀ, ਨਾਮ ਭਗਤੀ ਵਾਲਾ ਸੀ। ਪਰ ਜਿਹੜੀ ਉਸਦੀ ਮਹਾਰਾਣੀ ਸੀ, ਰਾਣੀ ਸੀ, ਉਹ ਜਿਵੇਂ ਆਮ ਜਨਾਨੀਆਂ ਆਪਾਂ ਦੇਖੀਦੇ ਹਾਂ ਫੈਸ਼ਨ ਦੇ ਵਿੱਚ ਸਾਰਾ ਧਿਆਨ ਰਹਿੰਦਾ ਹੈ, ਕੋਈ ਫੈਸ਼ਨ ਕਰ ਲਿਆ, ਫੋਨ ਚਲਾ ਲਿਆ, ਸਾਰਾ ਉਸ ਦੇ ਵਿੱਚ ਹੀ ਧਿਆਨ ਰਹਿੰਦਾ। ਉਹ ਇਸੇ ਤਰ੍ਹਾਂ ਬਹੁਤ ਫੈਸ਼ਨ ਕਰਦੀ ਸੀ, ਖਾਣ ਪੀਣ ਦੇ ਵਿੱਚ ਧਿਆਨ ਰੱਖਦੀ ਸੀ। ਤੇ ਉਸ ਰਾਜੇ ਨੇ ਬੜੀ ਵਾਰ ਕਹਿਣਾ ਕਿ ਰਾਣੀ ਮਹਾਰਾਣੀ ਗੁਰੂ ਦੀ ਬਾਣੀ ਨੂੰ ਪੜ੍ਹਿਆ ਕਰੋ, ਭਗਤ ਬੰਜਨੀ ਕਰਿਆ ਕਰੋ, ਤੇ ਉਹ ਜੋ ਤੁਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਜੋ ਚੰਗਾ ਕੰਮ ਕਰੋਗੇ ਦੁਨੀਆਂ ਤੁਹਾਨੂੰ ਯਾਦ ਕਰੇਗੀ। ਤੇ ਮਹਾਰਾਣੀ ਕਹਿਣ ਲੱਗੀ ਕਿ ਰਾਜਨ ਮੈਂ ਹਜੇ ਜਵਾਨ ਹਾਂ, ਮੈਨੂੰ ਹਜੇ ਜਵਾਨੀ ਦਾ ਰੰਗ ਚੜਿਆ ਤੇ ਇਹੋ ਮੇਰੀ ਉਮਰ ਹੈ ਨੱਚਣ ਕੁੱਦਣ ਦੀ, ਤੇ ਜਿੰਨਾ ਚਿਰ ਮੈਂ ਜਵਾਨ ਹਾਂ ਉਨਾ ਚਿਰ ਮੈਂ ਆਪਣੇ ਸਾਰੇ ਸ਼ੌਂਕ ਜਿਹੜੇ ਪੂਰੇ ਕਰਾਂਗੀ ਤੇ ਜਦੋਂ ਮੈਂ ਬੁੱਢੀ ਹੋ ਜਾਵਾਂਗੀ ਉਦੋਂ ਭਜਨ ਬੰਦਗੀ ਕਰ ਲਵਾਂਗੀ। ਆਪਾਂ ਆਮ ਹੀ ਪੁੱਛ ਲਈਦਾ, ਕਈ ਸੰਗਤਾਂ ਨੂੰ ਕਹਿ ਦੇਗਾ ਭਜਨ ਬੰਦਗੀ ਕਰਿਆ ਕਰੋ, ਗੁਰੂ ਦੇ ਨਾਮ ਨੂੰ ਜਪਿਆ ਕਰੋ, ਤੇ ਅੱਗੋਂ ਇਨਸਾਨ ਕਹਿ ਦਿੰਦੇ ਕਿ ਅਸੀਂ ਤੇ ਖਾਣ ਪੀਣ ਜੋਗੇ ਆਏ ਹਾਂ, ਅਸੀਂ ਤੇ ਸੰਸਾਰ ਦੇ ਵਿੱਚ ਮੇਲਾ ਲੁੱਟਣ ਆਏ ਹਾਂ, ਜਦੋਂ ਬੁੱਢੇ ਹੋ ਜਾਵਾਂਗੇ ਉਦੋਂ ਰੱਬ ਦਾ ਰੱਬ ਕਰ ਲਵਾਂਗੇ, ਹਜੇ ਫੈਸ਼ਨ ਕਰ ਲਈਏ। ਆਪਾਂ ਆਮ ਦੇਖੀਦਾ ਅਸੀਂ ਗੁਰੂ ਘਰ ਦੇ ਵਿੱਚ ਤੇ ਇਹ ਕਹਿ ਕੇ ਆਉਂਦੇ ਅਸੀਂ ਗੁਰੂ ਘਰ ਚੱਲੇ ਹਾਂ, ਆ ਕੇ ਸਾਡੀਆਂ ਬੀਬੀਆਂ ਮਾਈਆਂ ਫੋਨ ਤੇ ਲੱਗੀਆਂ ਰਹਿੰਦੀਆਂ ਨੇ। ਗੁੱਸਾ ਨਾ ਕਰਿਆ ਜੇ, ਗੱਲ ਜਿਹੜੀ ਸਿੱਧੀ ਸਾਫ਼ ਹੈ
ਆ ਕੇ ਸਾਡੀਆਂ ਬੀਬੀਆਂ ਮਾਈਆਂ ਫੋਨ ਤੇ ਲੱਗੇ ਨੇ ਤੇ ਗੁਰਬਾਣੀ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ। ਜੇ ਆਪਾਂ ਘਰ ਦੇ ਵਿੱਚੋਂ ਆਏ ਆ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਤੇ ਗੁਰਬਾਣੀ ਨੂੰ ਸਰਵਣ ਕਰਨ ਵਾਸਤੇ ਤੇ ਫਿਰ ਆ ਕੇ ਗੁਰਬਾਣੀ ਸਰਵਣ ਕਰੀਏ। ਤੇ ਇਸੇ ਤਰ੍ਹਾਂ ਉਹ ਰਾਣੇ ਸੀ ਸੰਸਾਰ ਦੇ ਵਿੱਚ ਉਹ ਰਹਿ ਕੇ ਜਿਹੜਾ ਬਹੁਤ ਤਮਾਸ਼ੇ ਕਰਿਆ ਕਰਦੀ ਸੀ, ਫੈਸ਼ਨ ਦੇ ਵਿੱਚ ਉਸਦਾ ਧਿਆਨ ਰਹਿੰਦਾ ਸੀ। ਰਾਜਨ ਨੇ ਬੜੀ ਵਾਰ ਸਮਝਾਇਆ ਤੇ ਪਰ ਰਾਣੇ ਕਹਿਣ ਲੱਗੇ ਕਿ ਬਾਦਸ਼ਾਹ ਹਜੇ ਮੈਂ ਬੁੱਢੀ ਨਹੀਂ ਹੋਈ, ਜਦੋਂ ਬੁੱਢੀ ਹੋਵਾਂਗੀ ਉਦੋਂ ਮੈਂ ਭਜਨ ਬੰਦਗੀ ਕਰ ਲਵਾਂਗੀ। ਤੇ ਰਾਜਾ ਬਹੁਤ ਦੁਖੀ ਹੋਇਆ। ਜਦੋਂ ਰਾਜਾ ਬਹੁਤ ਦੁਖੀ ਹੋਇਆ ਉਹ ਜਾ ਕੇ ਆਪਣੇ ਰਾਜਗੁਰੂ ਨੂੰ ਦੱਸਦਾ। ਰਾਜਗੁਰੂ ਨੇ ਸਾਰੀ ਵਾਰਤਾ ਸੁਣੀ। ਰਾਜਗੁਰੂ ਕਹਿਣ ਲੱਗਾ ਬਾਦਸ਼ਾਹ ਕੱਲ ਨੂੰ ਆਪਾਂ ਸੈਰ ਕਰਨ ਵਾਸਤੇ ਜਾਣਾ। ਤੇ ਰਾਜਾ ਕਹਿਣ ਲੱਗਾ ਰਾਜਗੁਰੂ ਮੈਂ ਤੁਹਾਨੂੰ ਆਪਣੇ ਦੁੱਖ ਦੱਸਦਾ ਪਿਆ, ਤੁਸੀਂ ਕਹਿੰਦੇ ਆਪਾਂ ਸੈਰ ਕਰਨ ਵਾਸਤੇ ਜਾਣਾ। ਕਹਿੰਦਾ ਨਹੀਂ, ਇਸ ਦੇ ਵਿੱਚ ਇਹ ਹੱਲ ਹੈ, ਆਪਾਂ ਕੱਲ ਨੂੰ ਸੈਰ ਕਰਨ ਵਾਸਤੇ ਜਾਣਾ ਤੇ ਆਪਣੀ ਰਾਣੀ ਨੂੰ ਨਾਲ ਲੈ ਕੇ ਜ਼ਰੂਰ ਆਉਣਾ। ਕਹਿੰਦਾ ਜੀ ਠੀਕ ਹੈ ਜੀ। ਇਸੇ ਤਰ੍ਹਾਂ ਹੁੰਦਾ ਅਗਲੇ ਦਿਨ ਬਾਦਸ਼ਾਹ ਤੇ ਰਾਜਗੁਰੂ ਤੇ ਮਹਾਰਾਣੀ ਜਿਹੜਾ ਸੈਰ ਕਰਨ ਵਾਸਤੇ ਜਾਂਦੇ ਨੇ ਤੇ ਖੇਤ ਇੱਕ ਸੌ ਬਹੁਤ ਸੁੰਦਰ ਖੇਤ ਵੇਖਿਆ ਜਿਸ ਦੇ ਵਿੱਚ ਭਾਂਤ ਭਾਂਤ ਦੇ ਫੁੱਲ ਬਹੁਤ ਸੁੰਦਰ ਫੁੱਲ ਸਨ। ਤੇ ਰਾਜਗੁਰੂ ਨੇ ਰਾਣੀ ਨੂੰ ਹੁਕਮ ਕੀਤਾ ਕਿ ਮਹਾਰਾਣੀ ਇਸ ਖੇਤ ਦੇ ਵਿੱਚ ਵੜ ਜਾਓ ਤੇ ਅਸੀਂ ਪਰਲੇ ਪਾਸੇ ਖਲੋਤਾ ਹੋਵਾਂਗੇ ਤੇ ਜਿਹੜਾ ਤੁਹਾਨੂੰ ਬਹੁਤ ਸੋਹਣਾ ਫੁੱਲ ਲੱਗੇ ਤੁਸੀਂ ਉਹ ਤੋੜ ਕੇ ਲੈ ਕੇ ਆਉਣਾ। ਮਹਾਰਾਣੀ ਖੇਤ ਦੇ ਵਿੱਚ ਵੜ ਜਾਂਦੀ ਆ ਤੇ ਰਾਜਗੁਰੂ ਤੇ ਬਾਦਸ਼ਾਹ ਪਰਲੇ ਬੰਨੇ ਜਾ ਕੇ ਖਲੋ ਜਾਂਦੇ ਨੇ ਤੇ ਰਾਣੀ ਜਦੋਂ ਫੁੱਲ ਤੋੜਨ ਲੱਗਦੀ ਆ ਉਹ ਵੇਖਦੀ ਹੈ, ਕਹਿੰਦੀ ਬਹੁਤ ਸੋਹਣਾ ਫੁੱਲ। ਜਦੋਂ ਤੋੜਨ ਲੱਗਦੀ ਤੇ ਮਨ ਦੇ ਵਿੱਚ ਫੁਰਨਾ ਆਉਂਦਾ ਤੇ ਅੱਗੇ ਜਾ ਕੇ ਤੋੜ ਲਵਾਂਗੀ, ਹੋ ਸਕਦਾ ਇਸ ਤੋਂ ਵੀ ਅੱਗੇ ਜ਼ਿਆਦਾ ਸੋਹਣਾ ਹੋਵੇ। ਜਦੋਂ ਅੱਗੇ ਜਾਂਦੀ ਆ ਤੇ ਅੱਗੇ ਜਾ ਕੇ ਫਿਰ ਫੁੱਲ ਤੋੜਨ ਲੱਗਦੀ ਤੇ ਫਿਰ ਸੋਚਦੀ ਆ ਕਿ ਅੱਗੇ ਜਾ ਕੇ ਤੋੜਾਂਗੀ ਇਸ ਤੋਂ ਹੋ ਵੀ ਸੋਹਣਾ ਹੋ ਸਕਦਾ। ਇਸ ਤਰ੍ਹਾਂ ਕਰਦੀ ਕਰਦੀ ਉਹ ਸਾਰਾ ਖੇਤ ਲੰਘ ਜਾਂਦੀ ਆ। ਜਦੋਂ ਖਾਲੀ ਹੱਥ ਸਾਰਾ ਖੇਤ ਲੰਘ ਜਾਂਦੀ ਤੇ ਰਾਜਗੁਰੂ ਨੇ ਆਖਿਆ ਕਿ ਮਹਾਰਾਣੀ ਤੁਹਾਨੂੰ ਇੱਕ ਕੰਮ ਸੌਂਪਿਆ ਸੀ, ਲਿਆਓ ਮੇਰੀ ਭੇਟਾ ਦਿਓ, ਲਿਆਓ ਜਿਹੜਾ ਤੁਹਾਨੂੰ ਕਿਹਾ ਸੀ ਫੁੱਲ ਤੋੜਨ ਵਾਸਤੇ। ਮਹਾਰਾਣੀ ਕਹਿਣ ਲੱਗੀ ਕਿ ਹੱਥ ਜੋੜ ਕੇ ਕਹਿਣ ਲੱਗੀ ਰਾਜਗੁਰੂ ਤੁਸੀਂ ਮੈਨੂੰ ਇੱਕ ਕੰਮ ਸੌਂਪਿਆ ਸੀ ਪਰ ਮੈਂ ਕਰ ਨਾ ਸਕੀ। ਮੈਂ ਇਹ ਸੋਚਦੀ ਰਹੀ ਕਿ ਇਹ ਫੁੱਲ ਜਿਹੜਾ ਬਹੁਤ ਸੋਹਣਾ ਤੇ ਅੱਗੇ ਜਾ ਕੇ ਤੋੜਾਂਗੀ, ਹੋ ਸਕਦਾ ਇਸ ਤੋਂ ਵੀ ਜ਼ਿਆਦਾ ਸੋਹਣਾ ਹੋਵੇ। ਕਹਿੰਦੇ ਮੈਂ ਇਹ ਕਰਦੀ ਕਰਦੀ ਸਾਰਾ ਖੇਤ ਲੰਘ ਆਈ ਪਰ ਮੈਂ ਫੁੱਲ ਕੋਈ ਤੋੜ ਕੇ ਨਾ ਲਿਆਈ। ਤੇ ਰਾਜਗੁਰੂ ਸਮਝਾਉਣ ਲੱਗਾ ਕਿ ਮਹਾਰਾਣੀ ਇਹ ਜ਼ਿੰਦਗੀ ਵੀ ਇਸੇ ਤਰ੍ਹਾਂ ਹੈ, ਇੱਕ ਫੁੱਲ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਤੁਸੀਂ ਮਨ ਦੇ ਵਿੱਚ ਵਿਚਾਰ ਬਣਾਉਂਦੇ ਰਹਿ ਕੇ ਅੱਗੇ ਜਾਵਾਂਗੀ ਹੋ ਸਕਦਾ ਇਸ ਤੋਂ ਵੀ ਸੋਹਣਾ ਹੋਵੇ, ਅੱਗੇ ਜਾਵਾਂਗੀ ਹੋਰ ਸੋਹਣਾ ਹੋਵੇਗਾ, ਇਸ ਤਰ੍ਹਾਂ ਸਾਰਾ ਤੁਸੀਂ ਖੇਤ ਲੰਘ ਗਏ, ਜ਼ਿੰਦਗੀ ਵੀ ਤੁਹਾਡੀ ਇਸ ਤਰ੍ਹਾਂ ਹੈ। ਜੇ ਤੁਸੀਂ ਹੁਣ ਹੀ ਰੱਬ ਦਾ ਨਾਮ ਜਪ ਲਵੋਗੇ ਤੇ ਰਹਿੰਦੀ ਦੁਨੀਆਂ ਤੱਕ ਦੁਨੀਆਂ ਤੁਹਾਨੂੰ ਯਾਦ ਕਰੇਗੀ, ਨਹੀਂ ਤਾਂ ਤੁਹਾਡੀ ਦੁਨੀਆਂ ਵੀ ਜਿਹੜੀ ਇਸ ਤਰ੍ਹਾਂ ਖੇਤ ਵਾਂਗ ਖਾਲੀ ਲੰਘ ਜਾਵੇਗੀ। ਜ਼ਿੰਦਗੀ ਦੇ ਵਿੱਚ ਯਤਨ ਕਰਿਆ ਕਰੋ, ਜਿੱਥੇ ਅਸੀਂ ਆਪ ਗੁਰਬਾਣੀ ਦੇ ਨਾਲ ਜੁੜਨਾ ਉੱਥੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੀਏ। ਕਿਉਂਕਿ ਮਨੁੱਖ ਜਦੋਂ ਸੰਸਾਰ ਦੇ ਵਿੱਚ ਆਉਂਦਾ ਤੇ ਫਿਰ ਖਾਲੀ ਤੁਰ ਜਾਂਦਾ ਤੇ ਜਿਹੜਾ ਭਜਨ ਬੰਦਗੀ ਕਰਦਾ ਤੇ ਦੁਨੀਆਂ ਉਸਨੂੰ ਯਾਦ ਕਰਦੀ ਆ, ਕਿਉਂਕਿ ਇਹ ਜਿਹੜੀ ਦੁਨੀਆਂ ਇੱਕ ਮੁਸਾਫਰਖਾਨਾ ਹੈ। ਇੱਥੇ ਮੈਨੂੰ ਇੱਕ ਗੱਲ ਹੋਰ ਯਾਦ ਆ ਰਹੀ ਆ ਕਿ ਇੱਕ ਫਕੀਰ ਜਿਹੜਾ ਰਸਤੇ ਦੇ ਵਿੱਚ ਜਾ ਰਿਹਾ ਸੀ
ਰਸਤੇ ਦੇ ਵਿੱਚ ਜਾ ਰਿਹਾ ਸੀ, ਰਸਤੇ ਦੇ ਵਿੱਚ ਬਹੁਤ ਤੇਜ਼ ਬਾਰਿਸ਼ ਹੁੰਦੀ ਆ। ਜਦੋਂ ਰਸਤੇ ਦੇ ਵਿੱਚ ਬਹੁਤ ਤੇਜ਼ ਬਾਰਿਸ਼ ਹੁੰਦੀ, ਉਸਨੇ ਕੀ ਵੇਖਿਆ ਕਿ ਇੱਕ ਮਹੱਲ ਜਿਹੜਾ ਬਹੁਤ ਸੋਹਣਾ ਹੈ, ਅਤੇ ਉਸ ਮਹੱਲ ਦੇ ਕੋਲ ਜਾ ਕੇ ਖਲੋ ਜਾਂਦਾ ਹੈ। ਅਤੇ ਉਹ ਮਹੱਲ ਜਿਹੜਾ ਭਾਵ ਕਿ ਜਿਸਨੂੰ ਅਸੀਂ ਮਹਿਲ ਕਹਿੰਦੇ ਹਾਂ, ਉਹ ਮਹਿਲ ਜਿਹੜਾ ਇੱਕ ਸ਼ਾਹੂਕਾਰ ਦਾ ਸੀ। ਸ਼ਾਹੂਕਾਰ ਜਿਹੜਾ ਪਲੰਘ ਦੇ ਉੱਤੇ ਲੰਮੇ ਪਿਆ ਹੋਇਆ ਸੀ, ਆਸੇ ਪਾਸੇ ਉਸਦੇ ਨੌਕਰ ਚਾਕਰ ਸਨ, ਉਸਨੂੰ ਪੱਖਾ ਚੱਲ ਰਹੇ ਸਨ। ਅਤੇ ਜਦੋਂ ਉਸ ਨੌਕਰ ਨੇ ਦੇਖਿਆ ਕਿ ਇੱਕ ਫਕੀਰ ਆ ਕੇ ਮਹੱਲ ਦੇ ਬਾਹਰ ਬੰਨੇ ਖਲੋਤਾ, ਅਤੇ ਉਹ ਆ ਕੇ ਜਿਹੜਾ ਨੌਕਰ ਆ ਉਸ ਫਕੀਰ ਨੂੰ ਬਹੁਤ ਡਾਂਟਦਾ, ਗੁੱਸੇ ਹੁੰਦਾ ਕਿ ਤੁਸੀਂ ਸ਼ਾਹੂਕਾਰ ਦੇ ਆ ਕੇ ਮਹੱਲ ਦੇ ਕੋਲ ਕਿਉਂ ਖਲੋਤੇ ਜੇ। ਤਾਂ ਉਸਨੇ ਜਦੋਂ ਡਾਂਟਿਆ ਤਾਂ ਉਹ ਫਕੀਰ ਅੱਗੋਂ ਕਹਿਣ ਲੱਗਾ ਕਿ ਇਹ ਸਫ਼ਰਖਾਨਾ ਅਤੇ ਅਸੀਂ ਥੋੜ੍ਹਾ ਜਿਹਾ ਆਰਾਮ ਕਰ ਰਹੇ ਹਾਂ, ਜਦੋਂ ਬਾਰਿਸ਼ ਹਟ ਜਾਵੇਗੀ ਤਾਂ ਅਸੀਂ ਇੱਥੋਂ ਚੱਲ ਜਾਵਾਂਗੇ। ਅਤੇ ਉਸ ਨੌਕਰ ਨੂੰ ਬਹੁਤ ਗੁੱਸਾ ਆਉਂਦਾ, ਕਹਿੰਦਾ ਇਹ ਸਫ਼ਰਖਾਨਾ, ਇਹ ਤਾਂ ਸਾਡੇ ਸ਼ਾਹੂਕਾਰ ਦਾ ਮਹਿਲ ਆ, ਇਹ ਸਾਡੇ ਬਾਦਸ਼ਾਹ ਦਾ ਮਹਿਲ, ਤੁਸੀਂ ਇਸ ਨੂੰ ਸਫ਼ਰਖਾਨਾ ਕਿਉਂ ਕਹਿ ਰਹੇ ਜੇ। ਤਾਂ ਉਸ ਫਕੀਰ ਨੇ ਕਿਹਾ ਕਿ ਇਸ ਤੇਰੇ ਸ਼ਾਹੂਕਾਰ ਤੋਂ ਪਹਿਲਾਂ ਜਿਹੜਾ ਇਸ ਮਹਿਲ ਦੇ ਵਿੱਚ ਕੌਣ ਰਹਿੰਦਾ ਸੀ? ਤਾਂ ਉਹਨੇ ਕਿਹਾ ਕਿ ਮੇਰੇ ਸ਼ਾਹੂਕਾਰ ਦੇ ਤੋਂ ਪਹਿਲਾਂ ਜਿਹੜਾ ਉਸਦਾ ਪਿਤਾ ਰਹਿੰਦਾ ਸੀ। ਕਹਿੰਦਾ ਪਿਤਾ ਤੋਂ ਪਹਿਲਾਂ ਕੌਣ ਰਹਿੰਦਾ ਸੀ? ਕਹਿੰਦਾ ਪਿਤਾ ਤੋਂ ਪਹਿਲਾਂ ਜਿਹੜਾ ਉਸਦਾ ਬਾਬਾ ਰਹਿੰਦਾ ਸੀ, ਜਿਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਦਾਦਾ ਕਹਿ ਦਿੰਦੇ ਹਾਂ। ਤਾਂ ਫਿਰ ਉਸਨੇ ਕਿਹਾ ਕਿ ਜਦੋਂ ਸ਼ਾਹੂਕਾਰ ਮਰ ਜਾਵੇਗਾ ਤਾਂ ਫਿਰ ਇੱਥੇ ਕੌਣ ਰਹੇਗਾ? ਤਾਂ ਉਹ ਕਹੇਗਾ ਕਿ ਫਿਰ ਉਸਦਾ ਪੁੱਤਰ ਰਹੇਗਾ। ਤਾਂ ਫਿਰ ਉਸਨੇ ਕਿਹਾ ਕਿ ਫਿਰ ਜਿਹੜੀ ਦੁਨੀਆਂ ਦੇ ਵਿੱਚ ਆਵਾਜਾਈ ਚੱਲਦੀ ਪਈ ਆ, ਇਹ ਫਿਰ ਸਫ਼ਰਖਾਨਾ ਕਿ ਹੋਇਆ ਕਿ ਨਹੀਂ ਸਫ਼ਰਖਾਨਾ? ਅਤੇ ਇਹ ਜਦੋਂ ਸ਼ਾਹੂਕਾਰ ਇਹ ਸਾਰੀ ਵਾਰਤਾ ਸੁਣਦਾ ਅਤੇ ਆ ਕੇ ਫਕੀਰ ਦੇ ਚਰਨਾਂ ਦੇ ਵਿੱਚ ਡਿੱਗ ਜਾਂਦਾ, ਕਿਉਂਕਿ ਇਹ ਜਿਹੜੀ ਦੁਨੀਆਂ ਜਿਹੜੀ ਆ ਇੱਕ ਮੁਸਫ਼ਰਖਾਨਾ। ਜੇ ਅਸੀਂ ਹੁਣ ਤੋਂ ਹੀ ਗੁਰਬਾਣੀ ਦੇ ਨਾਲ ਜੁੜ ਜਾਵਾਂਗੇ ਅਤੇ ਆਪ ਵੀ ਅਸੀਂ ਬਾਣੀ ਦੇ ਨਾਲ ਜੁੜਾਂਗੇ, ਆਪਣੇ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜੋੜਾਂਗੇ, ਅਤੇ ਫਿਰ ਰਹਿੰਦੀ ਦੁਨੀਆਂ ਤੱਕ ਉਸ ਮਨੁੱਖ ਨੂੰ ਯਾਦ ਕੀਤਾ ਜਾਂਦਾ। ਜੇ ਅਸੀਂ ਆਪ ਬਾਣੀ ਦੇ ਨਾਲ ਜੁੜੀਏ ਤਾਂ ਆ ਕੇ ਆਪਾਂ ਆਮ ਦੇਖੀਦਾ ਕਿ ਮਾਤਾ ਆ ਕੇ ਅਰਦਾਸ ਕਰਦੀ ਆ ਕਿ ਮੇਰਾ ਪੁੱਤਰ ਜਿਹੜਾ ਭਾਈ ਤਾਰੂ ਸਿੰਘ ਵਾਂਗ ਹੋਵੇ, ਮੇਰਾ ਪੁੱਤਰ ਬਾਬਾ ਤਾਰਾ ਸਿੰਘ ਵਾਂ ਵਰਗਾ ਹੋਵੇ, ਮੇਰਾ ਪੁੱਤਰ ਜਿਹੜਾ ਸੁੱਖਾ ਸਿੰਘ ਮਹਤਾਬ ਸਿੰਘ ਵਰਗਾ ਹੋਵੇ। ਅਤੇ ਜੇ ਮਾਂ ਆਪ ਗੁਰਬਾਣੀ ਦੇ ਨਾਲ ਜੁੜੀ ਆ ਤਾਂ ਪੁੱਤਰ ਵੀ ਉਸਦੇ ਘਰ ਯੋਧਾ ਪੈਦਾ ਹੋਵੇਗਾ, ਅਤੇ ਜੇ ਮਾਂ ਆਪ ਸਾਰੀ ਦਿਹਾੜੀ ਫੋਨ 'ਤੇ ਰੀਲਾਂ ਵਹਿੰਦੀ ਰਹਿੰਦੀ ਫਿਰ ਉਸਦੇ ਘਰ ਪੁੱਤਰ ਭਾਈ ਤਾਰੂ ਸਿੰਘ ਵਰਗਾ ਨਹੀਂ, ਫਿਰ ਨਸ਼ੇੜੀ ਪੈਦਾ ਹੋਵੇਗਾ। ਸਾਨੂੰ ਆਪ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ। ਮਾਵਾਂ ਨੂੰ ਖਾਸ ਕਰਕੇ ਬੇਨਤੀ ਆ, ਭੈਣਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਆਪ ਵੀ ਗੁਰਬਾਣੀ ਦੇ ਨਾਲ ਜੁੜੀਏ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੁੜੀਏ। ਜੇ ਤਪਸਥਾਨ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ, ਜਿੱਥੇ 25, 26, 27 ਅਕਤੂਬਰ ਨੂੰ ਵੱਡਾ ਸਲਾਨਾ ਜੋੜ ਮੇਲਾ, ਜਿਸ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਭੰਡਾਰਾ ਕਹਿ ਦਿੰਦੇ ਹਾਂ, ਅਤੇ ਇਹ ਤਪਸਥਾਨ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ, ਜਿਹੜਾ ਇੱਥੇ ਵੀ ਸ਼ਰਧਾ ਲੈ ਕੇ ਭਾਵਨਾ ਲੈ ਕੇ ਜਿਹੜਾ ਆਉਂਦਾ ਹੈ ਅਤੇ ਜਿਹੜੀ ਵੀ ਅਰਦਾਸ ਕਰਦਾ, ਫਿਰ ਉਸਦੀ ਅਰਦਾਸ ਜਿਹੜੀ ਪੂਰੀ ਹੋ ਜਾਂਦੀ ਹੈ। ਸਾਹਿਬ ਜੀ ਬਖਸ਼ ਕਰਦੇ ਨੇ, ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੇ।
ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਲੈ ਕੇ ਆਉਂਦਾ, ਜਿਹੜਾ ਅਰਦਾਸ ਕਰਦਾ, ਅਸੀਂ ਯਤਨ ਕਰਿਆ ਕਰੀਏ, ਇੱਥੇ ਵੀ ਆਇਆ ਕਰੀਏ, ਸ਼ਰਧਾ ਦੇ ਨਾਲ ਸੀਸ ਨਵਾ ਕੇ ਆਪਣੇ ਦੁੱਖ ਪ੍ਰਗਟ ਕਰਾਂਗੇ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ, ਅਤੇ ਗੁਰੂ ਸਾਹਿਬ ਜੀ ਸਾਡੇ 'ਤੇ ਅਪਾਰ ਕਿਰਪਾ ਕਰਨਗੇ। ਅਤੇ ਇੱਥੋਂ ਦਾ ਜਿਹੜਾ ਪ੍ਰਬੰਧ, ਜਿਹੜਾ ਸਾਡੇ ਬਹੁਤ ਸਤਿਕਾਰਯੋਗ ਗੁਰੂ ਨਾਨਕ ਪਾਤਸ਼ਾਹ ਜੀ 16ਵੇਂ ਵੰਸ਼ ਬਾਬਾ ਮਨਜੀਤ ਸਿੰਘ ਜੀ ਬੇਦੀ, ਜਿਨ੍ਹਾਂ ਨੇ ਸਾਨੂੰ ਆਪਣੇ ਬੱਚਿਆਂ ਵਾਂਗ ਰੱਖਿਆ, ਅਤੇ ਅਸੀਂ ਜਦੋਂ ਆਪਣਾ ਦੁੱਖ ਜ਼ਾਹਰ ਕਰਦੇ ਹਾਂ ਅਤੇ ਗੁਰੂ ਸਾਹਿਬ ਦੀ ਐਡੀ ਅਪਾਰ ਕਿਰਪਾ ਹੈ ਅਤੇ ਸਾਨੂੰ ਆਪਣੇ ਬੱਚਿਆਂ ਵਾਂਗ ਜਿਹੜਾ ਸਾਡਾ ਦੁੱਖ ਜਿਹੜਾ ਆਪ ਸੁਣਦੇ ਨੇ ਅਤੇ ਸਾਡੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਦੇ ਨੇ। ਅਤੇ ਜਿਹੜਾ ਪ੍ਰਬੰਧ ਜਿਹੜਾ ਬਾਬਾ ਮਨਜੀਤ ਸਿੰਘ ਜੀ ਚਲਾ ਰਹੇ ਨੇ, ਗੁਰੂ ਸਾਹਿਬ ਜੀ ਅਪਾਰ ਕਿਰਪਾ ਕਰਨ, ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ, ਪੰਥ ਦੀ ਸੇਵਾ ਇਸ ਤਰ੍ਹਾਂ ਕਰਦੇ ਰਹਿਣ, ਕਾਲ ਪੁਰਖ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਸੋ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਿਹਾ ਬੱਚਾ ਸਮਝ ਕੇ ਮਾਫ ਕਰਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬੱਤ ਸੰਗਤ ਯੋਗ ਬਖਸ਼ਣ ਯੋਗ ਬਖਸ਼ ਲੈਣਾ ਜੀ। ਬੁਲਾਓ ਫਤਿਹ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਦੇ